ਹੈਲੋ एवरीवन वेरी गुड इवनिंग टू ऑल वेलकम टू सक्सेस टिप पंजाब सफलता ਦੇ ਰੁਖੇ ਤੁਹਾਡਾ ਸਾਰਾ ਨਿੱਕਾ ਸਵਾਗਤ ਹੈ ਮੇਰਾ ਨਾਮ ਹੈ ਜਸਕਰਨ ਸਿੰਘ ਅਗਰ ਆਪਾਂ ਇਸ ਸੀਰੀਜ਼ ਦੀ ਗੱਲ ਕਰੀਏ ਇਸ ਸੀਰੀਜ਼ ਦੀ ਸ਼ੁਰੂਆਤ ਹੀ ਸਿਰਫ ਐਸੇ ਕਰਕੇ ਹੋਈ ਹੈ ਤਾਂ ਕਿ ਥੋੜੀ ਡਿਵੀਜ਼ਨ ਨੂੰ ਪੱਕਾ ਕੀਤਾ ਜਾਵੇ ਜਿਹੜਾ ਆਪਾਂ ਮਾਰਨਿੰਗ ਦੇ ਵਿੱਚ ਚੀਜ਼ਾਂ ਕੀਤੀਆਂ ਉਹ ਸ਼ਾਮ ਤੱਕ ਯਾਦ ਹੈ ਕਿ ਨਹੀਂ ਹੈ ਜਾਂ ਕੱਲ ਤੱਕ ਯਾਦ ਹੈ ਕਿ ਨਹੀਂ ਹੈ ਉਹਨੂੰ ਪੱਕਾ ਕਰਨ ਲਈ ਇਹ ਸੀਰੀਜ਼ ਚਲਾਈ ਗਈ ਹੈ ਠੀਕ ਹੈ ਤੇ ਇਹ ਸੀਰੀਜ਼ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਮੰਡੇ ਟੂ ਸੈਟਰਡੇ ਰਾਤੀ 9 ਵਜੇ ਸਕਸੈਸ ਟੀ ਪੰਜਾਬ YouTube ਦੇ ਚੈਨਲ ਤੇ ਤੁਹਾਨੂੰ ਇਹ ਦੇਖਣ ਨੂੰ ਮਿਲੂਗੀ ਚਲੋ ਫਿਰ ਅੱਜ ਦੀ ਸੀਰੀਜ਼ ਦੀ ਸਟਾਰਟ ਕਰਦੇ ਤੇ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਕੁਐਸਚਨ ਓਕੇ ਕੋਚਨ ਸਟਾਰਟ ਕਰਨ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਉਹਨਾਂ ਨਾਲ ਜਿਨ੍ਹਾਂ ਲਈ ਕਾਫੀ ਇਫੈਕਟਿਵ ਹੋ ਸਕਦੀ ਹੈ ਇਹ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਚਲੋ ਔਰ ਮਹਿਲਾ ਕਿਸਾਨ ਦਿਵਸ ਔਰ ਇੰਟਰਨੈਸ਼ਨਲ ਊਮਨਸ ਡੇ ਅਬਜ਼ਰਵਡ ਹਮ ਓਕੇ ਉਹਨ ਇਸ ਦਿਵਸ ਦੀ ਗੱਲ ਕਰੀਏ ਤਾਂ ਕਿਹੜੇ ਦਿਨ ਮਨਾਇਆ ਜਾਂਦਾ ਠੀਕ ਹੈ ਬਹੁਤ ਈਜ਼ੀ ਤੇ ਸਿੰਪਲ ਆ ਕਦੋਂ ਮਨਾਇਆ ਜਾਂਦਾ 15 ਅਕਤੂਬਰ ਨੂੰ ਹੈ ਮਨਾਇਆ ਜਾਂਦਾ ਕੋਣੋ 15 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਨੈਕਸਟ ਕੁਐਸਚਨ ਅੱਗੇ ਜਾ ਰਹੇ ਹਾਂ ਵਿਚ ਗਵਰਨਮੈਂਟ ਹੈਜ਼ ਲਾਂਚਡ ਅ ਨਿਊ ਸਕੀਮ ਨੇਮਡ ਹਿਮਕੈਡ ਓਕੇ ਟੂ ਪ੍ਰੋਵਾਈਡ ਇਰੀਗੇਸ਼ਨ ਫਾਰਮਰ ਫੈਸਿਲਿਟੀ ਇਰੀਗੇਸ਼ਨ ਫੈਸਿਲਿਟੀਆਂ ਟੂ ਫਾਰਮਰ ओके okay. अ uh, एक स्टेट ਨੇ ਹੁਣ ਰੀਸੈਂਟਲੀ ਕੀ ਕੀਤਾ ਇੱਕ ਨਵੀਂ ਸਕੀਮ ਉਹ ਲੈ ਕੇ ਆਇਆ ਉਹਦਾ ਨਾਮ ਕੀ ਰੱਖਿਆ ਉਹਨਾਂ ਨੇ ਹਿਮਕੈਟ ਉਹ ਹਿਮਕੈਟ ਸਕੀਮ ਦੇ ਵਿੱਚੋਂ ਕੀ ਕਰ ਰਿਹਾ ਹੈ ਇਡੀਗੇਸ਼ਨ ਦੇ ਰਿਲੇਟਡ ਜਿਹੜੀ ਫੈਸਿਲਿਟੀ ਆਫ ਫਾਰਮਰਸ ਨੂੰ ਪ੍ਰੋਵਾਈਡ ਕਰਨਗੇ ਕਿਸਾਨਾਂ ਨੂੰ ਪ੍ਰੋਵਾਈਡ ਕਰਨਗੇ ਹੁਣ ਇਡੀਗੇਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਾਂਦੀ ਹੈ ਤਾਂ ਉਹਦੇ ਵਿੱਚ ਦੇਖੋ ਸਭ ਤੋਂ ਪਹਿਲੀ ਚੀਜ਼ ਜੋ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਕੀ ਆਪਣੇ ਕੋਲ ਵਾਟਰ ਕਨਜ਼ਰਵੇਸ਼ਨ ਇੱਕ ਤਾਂ ਇਹੋ ਚੀਜ਼ ਆ ਜੂਗੀ ਇਸ ਤੋਂ ਸਿਵਾਗਰ ਗੱਲ ਕਰੀ ਤਾਂ ਆਪਣੇ ਕੋਲ ਕੀ ਆ ਜਾਊਗਾ ਡਿਵਰਸੀਫਿਕੇਸ਼ਨ ਡਿਵਰਸੀ ਫਿਕੇਸ਼ਨ ਠੀਕ ਹੈ ਇਸ ਤੋਂ ਸਿਵਾ ਅਗਰ ਆਪਾਂ ਹੋਰ ਫਰਦਰ ਵੀ ਦੇਖੀਏ ਤਾਂ ਆਪਣੇ ਕੋਲ ਕੀ ਆ ਜਾਊਗਾ ਇੰਟੀਗ੍ਰੇਟਿਡ ਫਾਰਮਿੰਗ ਕੀ ਆ ਜਾਊਗਾ ਇੰਟੀਗ੍ਰੇਟਿਡ ਫਾਰਮਿੰਗ ਇਹ ਸਾਰੀਆਂ ਚੀਜ਼ਾਂ ਦੀ ਹੈਲਪ ਕਹੀ ਹੈ ਵੀ ਜਿਹੜੀ ਸਰਕਾਰ ਹੈ ਵੀ ਇਹ ਸਾਰੀ ਚੀਜ਼ਾਂ ਦੀ ਹੈਲਪ ਕਰੂਗੀ ਕਿੰਨਾਂ ਨੂੰ ਕਿਸਾਨਾਂ ਨੂੰ ਠੀਕ ਹੈ ਇਰੀਗੇਸ਼ਨ ਦੇ ਵਿੱਚ ਵਿੱਚ ਠੀਕ ਹੈ ਤਾਂ ਉਹ ਗੱਲ ਕਰੀ ਅਗਰ ਕਿਹੜੇ ਰਾਜ ਨੇ ਕਿਹੜੀ ਸਟੇਟ ਨੇ ਸ਼ੁਰੂ ਕੀਤਾ ਤਾਂ ਆਪਣੇ ਕੋਲ ਕੀ ਆ ਜਾਊਗਾ ਹਿਮਾਚਲ ਪ੍ਰਦੇਸ਼ ਆਪਣੇ ਕੋਲ ਕੀ ਆ ਜਾਊਗਾ ਹਿਮਾਚਲ ਪ੍ਰਦੇਸ਼ ਓਕੇ एक छोटे जो सिंपल जो क्वेश्चन पूछ लेना ए रिलेटिड ये दस दिव्य फटाफट फ़ड़ सिंपल जो है अगर आप हिमाचल प्रदेश की गल करें तो ये सीएम कौन ने गवर्नर कौन ने ठीक है बहुत ही सिंपल है, बहुत ही ईजी क्वेश्चन है फटाफट कमेंट कर दौ ओके नैक्सट देखो अपने को की है द प्रेजेंट फाइव ईयर इंडो यूएस वैक्सीन एक्शन प्रोग्राम जॉइंट स्टेटमेंट हैज बीन एक्सटेंडेड टिल ओके उन्हीं के प्रोग्राम दी गल हो रही है ओ केड़े प्रोग्राम है वैक्सीन एक्शन रिलेटेड प्रोग्राम है ये प्रोग्राम है जेड़ा शुरू हुए नु काफी देर हो गई ठीक है उने प्रोग्राम दी गल कर दीदा प्रोग्राम दे विच जेड़ा मेन पर्पस है प्रोग्राम शुरू करंदा ओ एसी ताकि जेडिया वैक्सीन है ठीक है ओ रिलेटेड वर्क हो सके डिजीज नु फाइंड करके ओ रिलेटेड वैक्सीन बनाईए जावे जिरे ते इंडिया ते अमेरिका दोनों ने मिलके प्रोग्राम स्टार्ट किता सी ठीक है इनु और की कहंदे बायलेटरल प्रोग्राम भी कहंदे है की कहंदे है बायलेटरल प्रोग्राम भी कह देंदे है ठीक है ओदा जेड़ा एक्सटेंशनल है. मतलब ਜਿਹੜਾ ਇਹ ਨਾਲ ਬਾਈਲੇਟਰਲ ਪ੍ਰੋਗਰਾਮ ਸੀ ਇਹਨੂੰ ਥੋੜਾ ਹੋਰ ਐਕਸਟੈਂਡ ਕੀਤਾ ਗਿਆ ਐਕਸਟੈਂਡ ਕਰੋ ਤਾਂ ਕਿਤਾ ਗਿਆ ਜੀ ਆਪਾਂ ਉਹਦੀ ਗੱਲ ਕਰੀਏ ਰਾਈਟ ਆਨਸਰ ਆਪਣੇ ਕੋਲ ਕੀ ਆ ਜਾਊਗਾ অপਸ਼ਨ ડી 2027 ਤੱਕ ਕਰੋ ਤਾਂ ਕਿਸਟੈਂਡ ਕਰਤਾ 2027 ਤੱਕ ਇਹਨੂੰ ਐਕਸਟੈਂਡ ਕਰਤਾ ਓਕੇ ਅ ਵੈਸੇ ਡਿਪਾਰਟਮੈਂਟ ਜਿਹੜੀ ਲੋੜ ਨਹੀਂ ਆਪਾਂ ਨੂੰ ਅਨੇ ਡੀਪ ਦੇ ਵਿੱਚ ਕਦੇ ਕੁਐਸਚਨ ਬਣਾਉਣਾ ਨਹੀਂ ਆ ਬਸ ਸਟਿਲ ਇੱਕ ਵਾਰੀ ਤੁਸੀਂ ਜਦੋਂ ਨੋਟਸ ਪੜ੍ਹੋਗੇ ਉਹਦੇ ਵਿੱਚ ਨਿਗਾਹ ਦੇਖ ਲਿਓ ਅ ਹੂ ਹੈਜ਼ ਬੀਨ ਇਲੈਕਟਿਡ ਐਸ ਦੀ ਮੈਂਬਰ ਆਫ ਐਗਜ਼ੀਕਿਊਟਿਵ ਕਮੇਟੀ ਟੂ ਦੀ of the sorry inter parliamentary union from asia pacific group countries okay hun apg countries hai jehdiya oh related matlab ik ipu de vich kuch executive committee members hunde oh members di gal kare ta ohne vich ohna de vich ik jehde member ne oh choose hoye ne theek hai un de jehde member oh de vich aaye ne oh member bare gal kariye ta oh member kithon hai lok sabha de member ne lok sabha de kehde matlab region di gal kariye ta oh ik apne kol kiya jauga lok sabha de kin ne ho एमपी ਨੇ एमपी ਕਿਹੜੀ ਸਟੇਟ ਤੋਂ ਨੇ ਅਗਰ ਆਪਾਂ ਪੁੱਛੀਏ ਤਾਂ ਆਪਣੇ ਕੋਲ ਕੀ ਆ ਜਾਊਗਾ Odisha ਤੋਂ ਕਿਹੜੀ ਸਟੇਟ ਨੇ ਸਟੇਟ ਤੋਂ ਨੇ ਉਹ Odisha ਨੂੰ ਤੇ ਉਹਨਾਂ ਦੇ ਅਗਰ ਨਾਮ ਦੀ ਗੱਲ ਕਰੀਏ ਕੀ ਨਾਮ ਹੈ ਉਹਨਾਂ ਦਾ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਆ ਜਾਊਗਾ অপਸ਼ਨ ਸੀ ਆਪਾਰਜੀਤਾ ਸਾਰੰਗੀ ਕੀ ਹੈ ਅਪਾਰਜੀਤਾ ਸਾਰੰਗੀ ਉਹ ਨਾਲ ਰਾਈਟ ਆਨਸਰ ਹੈ ਠੀਕ ਹੈ ਕੁਝ ਇੰਟਰਸਟਿੰਗ ਫੈਕਟ ਇਹਦੇ ਵਿੱਚ ਇਹ ਹੋ ਸਕਦੇ ਆ ਅਗਰ ਆਪਾਂ ਇਸ ਕਮੇਟੀ ਦੀ ਗੱਲ ਕਰੀਏ ਕਿ ਜਿਹੜੀ ਇੰਟਰ ਪਾਰਲੀਮੈਂਟਰੀ ਯੂਨਿਟੀ ਯੂਨੀਅਨ ਦੇ ਵਿੱਚ ਜਿਹੜੀ ਮੈਂਬਰ ਆਫ ਮੈਂਬਰ ਆਫ ਐਗਜ਼ੀਕਿਊਟਿਵ ਕਮੇਟੀ ਹੁੰਦੀ ਹੈ ਉਹਦੇ ਵਿੱਚ ਟੋਟਲ ਕਿੰਨੇ ਮੈਂਬਰਸ ਆ ਤਾਂ ਉਹਦੇ ਵਿੱਚ ਦੇਖਿਆ ਜਾਵੇ ਮੈਂਬਰਸ ਆਫ ਐਗਜ਼ੀਕਿਊਟਿਵ ਕਮੇਟੀ ਤੈਅ ਦੇ ਵਿੱਚ ਦੇਖਿਆ ਜਾਵੇ ਤਾਂ ਕਿੰਨੇ ਮੈਂਬਰਸ ਹੁੰਦੇ ਆ 15 ਮੈਂਬਰਸ ਹੁੰਦੇ ਆ ਕਿੰਨੇ ਮੈਂਬਰਸ ਹੁੰਦੇ ਆ 15 ਮੈਂਬਰਸ ਹੁੰਦੇ ਆ ਓਕੇ ਚਲੋ ਨੈਕਸਟ ਅਕੋਰਡਿੰਗ ਟੂ 2022 ਜੀ ਐਚ ਆਈ ਸਕੋਰਸ ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਹੈਵ ਟਾਪਡ ਇਨ ਦੀ ਲਿਸਟ ਓਕੇ ਉਹ ਜੀ ਐਚ ਆਈ ਦੀ ਗੱਲ ਕਰੀ ਜੀ ਐਚ ਆਈ ਕੀ ਆਪਣੇ ਕੋਲ ਗਲੋਬਲ ਹੰਗਰ ਇੰਡੈਕਸ ਹੁਣ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਗੱਲ ਕਰੀ ਤਾਂ ਆਪਣੇ ਕੋਲ ਕੀ ਆਇਆ ਵੀ ਸਭ ਤੋਂ ਟਾਪ ਤੇ ਦੱਸਣਾ ਆਪਾਂ ਕਿਹੜੀ ਕੰਟਰੀ ਹੈ ਹੁਣ ਟਾਪ ਤੇ ਦਾ ਉਹਨੇ ਪੁੱਛ ਲਿਆ ਆਪਾਂ ਦੱਸ ਦਾਂਗੇ ਚਲੋ ਇਹ ਠੀਕ ਹੈ ਅਗਰ ਮੈਂ ਇਹ ਪੁੱਛਾਂ ਬੋਟਮ ਤੇ ਕਿਹੜੀ ਕੰਟਰੀ ਆ ਤਾਂ ਬੋਟਮ ਤੇ ਆਪਣੇ ਕੋਲ ਕਿਹੜੇ ਆ ਜਾਣਗੇ ਠੀਕ ਹੈ ਬੋਟਮ ਤੇ ਮੈਂ ਸਿਰਫ ਦੋ ਕੰਟਰੀਜ਼ ਦੀ ਗੱਲ ਕਰੂੰਗਾ ਉਸ ਤੋਂ ਜ਼ਿਆਦਾ ਡੀਪ ਦੇ ਵਿੱਚ ਆਪਾਂ ਪਹੁੰਚ ਜਾਣ ਦੀ ਲੋੜ ਨਹੀਂ ਹੈ ਉਹਦੇ ਵਿੱਚੋਂ ਇੱਕ ਕੰਟਰੀ ਆਪਣੇ ਕੋਲ ਕਿਹੜੀ ਆਜੂਗੀ ਜੈਮਨ ਆਜੂਗੀ ਠੀਕ ਹੈ ਜੋ ਸਭ ਤੋਂ ਬੋਟਮ ਤੇ ਹੈ ਉਸ ਤੋਂ ਸਿਵਾ ਕੇ ਦੂਜੀ ਕੰਟਰੀ ਜੇਥੋਂ ਨੂੰ अफ्रीकन रिपब्लिक ठीक है वैसे देखा जाए पूरे बॉटम पर सब तो बॉटम से अपने को जैमन ही है लेकिन उन्होंने पूछा उन्होंने टॉप का पूछा तो टॉप पर अपने को आजूगा ऑप्शन बी बेलारस टॉप पर अपने को आजगी ऑप्शन बी बेलारस क्लीयर तो ये फर्दर जाने तो पहला ये भी दस दू तीस थोड़े तो सिंपल जहा क्वेश्चन है बहुत ही सिंपल क्वेश्चन है भी इंडिया का जोड़ा रैंक है वह कि रैंक है Okay? इंडिया ਦਾ ਇਸ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਕਿੰਨਾ ਰੈਂਕ ਆ? ਓਕੇ ਵੈਸੇ ਤੁਸੀਂ ਕੁਐਸਚਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਆਨਸਰ ਕਰ ਦੇਣਾ ਇੰਡੀਆ ਬਾਰੇ ਤੁਸੀਂ ਕੁਐਸਚਨ ਵੀ ਨਹੀਂ ਪੜ੍ਹਨਾ ਬਟ ਸਟਿਲ ਓਕੇ ਇੰਡੀਅਨ ਊਮਨਸ ਟੀਮ ਵਨ ਦੀ ਊਮਨਸ ਏਸ਼ੀਆ ਕੱਪ 2022 ਟਾਈਟਲ ਆਫਟਰ ਡੀਫੀਟਿੰਗ ਸ਼੍ਰੀਲੰਕਾ ਬਾਈ 8 ਵਿਕਟਸ ਇਨ ਦੀ ਫਾਈਨਲ ਅ ਵਿਚ ਕੰਟਰੀ ਹੋਸਟਡ ਦੀ ਊਮਨਸ ਏਸ਼ੀਆਸ ਵਰਲਡ ਕੱਪ ਉਹਨੂੰ ਵੂਮੈਨਸ ਦੀ ਏਸ਼ੀਆ ਦੀ ਵਰਲਡ ਕੱਪ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਮਤਲਬ ਇੰਡੀਆ ਦੀ ਵੂਮੈਨ ਟੀਮ ਹੈ ਉਹਨੇ ਸ਼੍ਰੀਲੰਕਾ ਨੂੰ ਫਾਈਨਲ ਦੇ ਵਿੱਚ ਹਰਾਤਾ ਠੀਕ ਹੈ ਜੇ ਦੇਖਿਆ ਜਾਵੇ ਉਹਨੇ ਸ਼੍ਰੀਲੰਕਾ ਨੂੰ ਮਤਲਬ ਪਿਛਲੇ 5 ਟਾਈਮ ਤੋਂ ਲਗਾਤਾਰ ਉਹਨੇ ਮਤਲਬ ਫਾਈਨਲ ਦੇ ਵਿੱਚ ਹਰਾਇਆ 5 ਟਾਈਮ ਲਗਾਤਾਰ ਨਹੀਂ ਕਹੂੰਗਾ ਠੀਕ ਹੈ ਲੇਕਿਨ 5 ਵਾਰੀ ਉਹਨੇ ਸ਼੍ਰੀਲੰਕਾ ਨੂੰ ਹਰਾਇਆ ਹੋਇਆ ਠੀਕ ਹੈ ਜੋ ਕਾਫੀ ਮਤਲਬ ਆਦਾ ਕਹਿ ਸਕਦਾ ਇੱਕ ਇੰਡੀਆ ਦਾ ਵਧੀਆ ਮਤਲਬ ਬੇਸ ਚਾਲਾ ਜਾਂ ਵੂਮੈਨ ਟੀਮ ਬਹੁਤ ਵਧੀਆ ਪਲੇਅਰਸ ਦੇ ਵਿਚਾਰੀ ਜਾਂ ਬਹੁਤ ਵਧੀਆ ਖੇਡਦੀ ਠੀਕ ਹੈ ਓਕੇ ਫਰਦਰ ਇਵਚ ਇੰਪੋਰਟੈਂਟ ਹੈ ਜ ਆਪਣੇ ਲਈ ਇਹ ਆ ਜੂਗਾ ਕਿ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਨੇ ਆਲਰੇਡੀ ਜਿਹੜੇ ਏਸ਼ੀਆ ਵਰਲਡ ਕਪ ਹੈ ਉਹ 8 ਵਾਰ ਜਿੱਤ ਚੁਕਿਆ ਕਿੰਨੀ ਵਾਰ ਜਿੱਤ ਚੁਕਿਆ 8 ਵਾਰ ਜਿੱਤ ਚੁਕਿਆ ਠੀਕ ਹੈ ਇਸ ਤੋਂ ਸਿਵਾ ਇੰਪੋਰਟੈਂਟ ਇੰਪੋਰਟੈਂਟਾ ਹੋਰ ਫਰਦਰ ਕੁਛ ਨਹੀਂ ਅਗਰ ਆਪਾਂ ਦੇਖਿਆ ਜਾਵੇ ਕਿੱਥੇ ਹੈਲਡ ਹੋਇਆ ਸੀ ਤਾਂ ਆਪਣੇ ਕੋਲ ਰਾਈਟ ਆਨਸਰ ਆਪਣੇ ਕੋਲ ਕੀ ਆ ਜੂਗਾ অপਸ਼ਨ ਨੰਬਰ ਸੀ ਬੰਗਲਾਦੇਸ਼ ਦੇ ਵਿੱਚ ਕਿ ਜਿਹੜਾ ਏਸ਼ੀਆ ਵਰਲਡ ਕਪ ਹੈ ਕਿੱਥੇ ਹੋ ਰਿਹਾ ਸੀ ਬੰਗਲਾਦੇਸ਼ ਦੇ ਵਿੱਚ ਹੋਇਆ ਸੀ ਓਕੇ ਨੈਕਸਟ ਕੁਸ਼ਨ ਇਬਿਉਕ ਟਾਈਟਲ ਪੈਂਡੈਮਿਕ ਡਿਸਰਪਸ਼ਨ ਐਂਡ ਉੜੀਸਾ ਚ ਲੈਸਨ ਇਨ ਗਵਰਨੈਂਸ ਰਿਲੀਜ਼ਡ ਬਾਇ ਓਕੇ ਉਹਨੇ ਜਿਹੜੀ ਬੁੱਕ ਹੈ ਜਿਹੜੀ ਬੁੱਕ ਦੇ ਵਿੱਚ ਗੱਲ ਕਰਿਆ ਬੁੱਕ ਜਿਹੜੀ ਉਹਨੇ ਰਿਲੀਜ਼ ਕੀਤੀ ਹੈ ਕਿ ਕਿਤੇ ਰਿਲੀਜ਼ ਹੋਈ ਹੈ ਉੜੀਸਾ ਦੇ ਵਿੱਚ ਲੇਕਿਨ ਕਿਨੇ ਰਿਲੀਜ਼ ਕੀਤੀ ਹੈ ਕੁਐਸਚਨ ਹੈ ਉਹ ਜਿਹੜੀ ਬੁੱਕ ਉੜੀਸਾ ਦੇ ਵਿੱਚ ਰਿਲੀਜ਼ ਹੋਈ ਹੈ ਇਹਦੀ ਗੱਲ ਕਰੀ ਤਾਂ ਬੁੱਕ ਦਾ ਕੀ ਨਾਮ ਰੱਖਿਆ ਗਿਆ ਕਿ ਪੈਂਡੈਮਿਕ ਦੇ ਟਾਈਮ ਬੈਡੀ ਨੇ ਪੈਂਡੈਮਿਕ ਡਿਸਰਪਸ਼ਨ ਐਂਡ ਉੜੀਸਾਜ਼ ਲੈਸਨ ਲਰਨਡ ਇਨ ਗਵਰਨੈਂਸ ਵੀ ਉੜੀਸਾ ਨੇ ਜਿਹੜੇ ਲੈਸਨ ਲਰਨ ਕੀਤੇ ਸੀ ਗਵਰਨੈਂਸ ठीक है भी किमें उन्होंने सरकार ने चलाना है जी बुक है वो किन्नी रिलज़ की गई है वैसे क्वेश्चन ईजी है ठीक है लेकिन ऑप्शन अपने को इंटरेस्टिंग है ठीक है ओके राइट आंसर की गल करिए अपने को ऑप्शन ए नवीन पटनायक वालों जो कि नेलरेडी उड़ीसा के सीएम है उन्होंने वालों बुक रिलीज की गई थी ओके लेकिन अगर इस बुक की जगह से इदा लिखा हो या? ਕਿ ਇਹ ਬੁੱਕ ਕਿਹਦੇ ਦੁਆਰਾ ਆਥਰਡ ਕੀਤੀ ਗਈ ਤਾਂ ਆਪਣੇ ਕੋਲ ਕੀ ਆਨਸਰ ਆ ਜਾਊਗਾ ਤਾਂ ਆਪਣੇ ਕੋਲ ਆਊਗਾ ਅਮਰ ਪਟਨਾਇਕ ਕੋਨਾ ਆਊਗਾ ਅਮਰ ਪਟਨਾਇਕ ਜੋ ਕਿ ਨੇ ਜੋ ਰਾਜ ਸਭਾ ਦੇ ਵਿੱਚ ਕੀ ਨੇ ਐਮਪੀ ਨੇ ਜੋ ਰਾਜ ਸਭਾ ਦੇ ਵਿੱਚ ਕੀ ਨੇ ਐਮਪੀ ਨੇ ਉਹਨਾਂ ਦੁਆਰਾ ਇਹ ਬੁੱਕ ਲਿਖੀ ਗਈ ਹੈ ਓਕੇ ਓਕੇ موਵਿੰਗ ਟੂ ਨੈਕਸਟ ਕੁਐਸਚਨ தி 16 ਪ੍ਰਵਾਸੀ ਬਾਤ ਦੇ ਦਿਵਸ ਵਾਸ ਹੈਲਡ ਇਨ ਵਿਚ ਆਫ ਦੀ ਫੋਲੋਇੰਗ ਸਿਟੀ 16 ਜਿਹੜੀ ਆਪਾਂ ਮਾਰਨਿੰਗ ਦੇ ਵਿੱਚ ਨਿਊਜ਼ ਕੀਤੀ ਸੀ ਮਾਰਨਿੰਗ ਦੇ ਵਿੱਚ ਜੋ ਨਿਊਜ਼ ਸੀ ਉਹ ਕਹਦੇ ਸੀ ਵੀ ਜਿਹੜਾ 17th ਸੀ ਕਿੰਨਾ ਸੀ 17 ਸੀ ਜਿਹੜਾ 17 ਪ੍ਰੋਬੈਸਿਟੀ ਦਿਵਸ ਸੀ ਉਹ ਕਿੱਥੇ ਆ ਜਾਂ ਐਨਰੀ ਡੇ ਕਹਿ ਸਕਦੇ ਆ ਉਹ ਅਗਲੇ ਸਾਲ ਕਰੋ 2023 ਦੇ ਵਿੱਚ ਉਹ ਕਿੱਥੇ ਹੋਣ ਜਾ ਰਿਹਾ ਹੈ ਉਹ ਕਿੱਥੇ ਹੋਣ ਜਾ ਰਿਹਾ ਸਿੱਧਾ ਕਮੈਂਟ ਕਰੋ ਫਟਾਫਟ ਕਮੈਂਟ ਕਰੋ ਉਹ ਹੋ ਰਿਹਾ ਇੰਦੋਰ ਦੇ ਵਿੱਚ ਠੀਕ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਕਿੱਥੇ ਹੋ ਰਿਹਾ ਇੰਦੋਰ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਅਗਲੇ ਸਾਲ ਹੋਣ ਜਾ ਰਿਹਾ ਠੀਕ ਹੈ ਲੇਕਿਨ ਇਹਨਾਂ ਨੇ ਉਹਰੇ ਕਿਹੜਾ ਪੁੱਛਿਆ ਜਿਹੜਾ 2016 ਦੇ ਵਿੱਚ ਹੋਇਆ ਸੀ ਉਹ ਕਿੱਥੇ ਹੋਇਆ ਸੀ ਠੀਕ ਹੈ ਇੰਟਰਸਟਿੰਗ ਕੁਐਸ਼ਨ ਹੈ ਠੀਕ ਹੈ ਇਹਦਾ ਕਮੈਂਟ ਤੁਸੀਂ ਕਰਨਾ ਮੈਂ ਨਹੀਂ ਕਰੂੰਗਾ ਇਹਦਾ ਠੀਕ ਹੈ ਇਹ ਕਮੈਂਟ ਕਰ ਦਿਓ ਲਾਈਵ ਚੈਟ ਬਾਕਸ ਦੇ ਵਿੱਚ ਲਿਖ ਦਿਓ ਨੀਚੇ ਕਮੈਂਟ ਬਾਕਸ ਦੇ ਵਿੱਚ ਸਾਂਸਲ ਕਰ ਦਿਓ ਠੀਕ ਹੈ ਤੇ ਇੱਕ ਹੋਰ ਚੀਜ਼ ਜਦੋਂ ਤੁਸੀਂ ਨੀਚੇ ਲਾਈਵ ਬੋ ਲਾਈਵ ਸੋਰੀ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਨਾ ਤਾਂ ਐਟਲੀਸਟ ਕੁਐਸ਼ਨ ਨੰਬਰ ਪਾ ਦੇ ਕਰੋ ਠੀਕ ਹੈ ਜਾਂ ਟਾਈਮ ਪਾ ਦੇ ਕਰੋ ਅਨਾਂ ਮਤਲਬ ਇੱਕ ਥੋੜੀ ਜਿਹੀ ਹਿੰਟ ਦੇ ਦਿਆ ਕਰੋ ਜੋ ਕਿਉਂਕਿ ਨਾਰਮਲ ਮੈਨ ਕੋ ਕਮੈਂਟ ਪਤਾ ਕੀ ਆਂਦੇ ਆ ਏ ਬੀ ਏ ਡੀ ਐਦਾ ਕਮੈਂਟ ਆਦਾ ਜਿਸ ਵਿੱਚ ਮੈਂ ਜੱਜ ਨਹੀਂ ਕਰ ਪਾਂਦਾ ਵੀ ਰਾਈਟ ਆਨਸਰ ਦੇ ਰਿਹਾ ਮਤਲਬ ਕਿਹੜੇ ਕੁਐਸਚਨ ਦੇ ਆਨਸਰ ਦੇ ਰਿਹਾ ਓਕੇ ਠੀਕ ਹੈ ਹੁਣ ਇਹਦੇ ਨਾਲ ਮੈਨ ਕੋ ਤੁਹਾਡਾ ਇੱਕ ਹੋਰ ਕੁਐਸਚਨ ਹੈ ਕੀ ਹੈ ਬਿਹੇਵੀ ਦੱਸਿਓ ਜਿਹੜਾ 16th ਐਨ ਆਰ ਆਈ ਡੇ ਸੀ ਉਹ ਕਿਹੜੇ ਈਅਰ ਦੇ ਵਿੱਚ ਹੋਇਆ ਸੀ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਜਿਹੜਾ ਸਟਾਰਟ ਹੋਣਾ ਹੈ 2023 ਦੇ ਵਿੱਚ ਉਹਨੇ ਜਿਹੜਾ 16ਵਾਂ ਸੀ ਉਹ ਕਦੋਂ ਹੋਇਆ ਸੀ ਠੀਕ ਹੈ ਧਿਆਨ ਨਾਲ ਦੇਖੋਗਾ ਤੁਸੀਂ ਪੜਿਆ ਤਾਂ ਠੀਕ ਹੈ ਆਨਸਰ ਕਰੋ ਨੈਕਸਟ who is the uh, sorry who is appointed as the brand ambassador of bandhan bank un bandhan bank di gal kare ta bandhan bank di jede brand ambassador kaun choose hoye ne kaun choose hoye ne bandhan bank de jede brand brand ambassador theek Unna uh, hai unnar vich gal kare ta bandhan bank de jede brand ambassador hai theek hai dekho pehla agar sirf te sirf thonu bandhan bank wale thodi vi knowledge hai tha, tossi, tha, kitha, dh, ta ohri tusi oh answer kar sakde ho head quarter di gal kare ta era head quarter kith hai bandhan bank da ta oh kithe aju ga kolkata ਵੈਸਟ ਬੰਗਾਲ ਦੇ ਵਿੱਚ ਇਹਦੇ ਥਰੂ ਆਪਣੇ ਕੋਲ ਇੱਕੋ ਆਪਸ਼ਨ ਹੈ ਜਿਹੜੀ ਬਹੁਤ ਮਤਲਬ ਹਾਈਲਾਈਟ ਹੋ ਰਹੀ ਹੈ ਤੋ ਕੀ ਆਪਣੇ ਕੋਲ ਆਪਸ਼ਨ B ਸੌਰਵ ਗਾਂਗੀ ਆਪਸ਼ਨ B ਸੌਰਵ ਗਾਂਗੀ ਜੋ ਕਿ ਬਨੇ ਨੇ ਇਹਦੇ ਬ੍ਰੈਂਡ ਅਮੈਸਡਰ ਉਸ ਤੋਂ ਸਿਵਾਗਰ ਬੰਦਲ ਬੈਂਕ ਦੀ ਗੱਲ ਕਰੀਏ ਤਾਂ ਇਹ 2001 ਦੇ ਵੀ ਸ਼ੁਰੂ ਹੋਇਆ ਸੀ ਸੈਟ ਅਪ ਕਰੋ ਕਿਤਾ ਹੈ 2001 ਨੇ ਵੀ ਸੈਟ ਹੋਇਆ ਉਸ ਤੋਂ ਬਾਰੇ ਐਮ ਡੀ ਜਾਂ ਸੀਓ ਮਤਲਬ ਕੁਝ ਵੀ ਕਹਿ ਸਾ ਦਿਓ ਉਹਨਾਂ ਦੇ ਨਾਮ ਦੀ ਗੱਲ ਕਰੀਦਾ ਉਹਨਾਂ ਦਾ ਨਾਮ ਆਪਣੇ ਕੋਲ ਕੀ ਹੈ ਜੀ ਚੰਦਰਸ਼ੇਖਰ ਗੋਸ਼ ਚੰਦਰ शेखर गोश ठीक है उन्ना दोबारा शुरू ਕੀਤਾ ਗਿਆ ਸੀ ओके चलो जी डर्ट अल्फा टुडे ਮੈਨੂੰ ਪਤਾ ਤੁਸੀਂ ਆਲਡੀ ਲਾਈਵ ਚੈਟ ਬਾਕਸ ਦੇ ਵਿੱਚ ਇਹ ਸਾਰਾ ਕੁਝ ਲਿਖਤਾ ਹੋਣਾ ਬਟ ਸਟਿਲ ਕੋਈ। ਅ ਦੈਟਸ ਆਲ ਫॉर ਟੂਡੇ ਠੀਕ ਹੈ ਤੇ ਪਲੱਸ ਜਿਹੜਾ ਆਪਾਂ ਮੌਨੀ ਦੇ ਵਿੱਚ ਕਰੰਟ ਅਫੇਅਰ ਕੀਤੇ ਸੀ ਅਗਰ ਕਿਸ ਨੇ ਉਹਦੇ ਨੋਟਸ ਚਾਹੀਦੇ ਆ ਤਾਂ ਉਹਦੇ ਲਈ ਤੁਹਾਨੂੰ ਟੈਲੀਗ੍ਰਾਮ ਤੇ ਸਾਡਾ ਜਿਹੜਾ ਚੈਨਲ ਆ ਉਹਨੂੰ ਜੁਆਇਨ ਕਰਨਾ ਪਊਗਾ ਠੀਕ ਹੈ ਸਾਡੇ ਚੈਨਲ ਦਾ ਨਾਮ ਕੀ ਹੈ ਸਕਸੈਸਫੁਲੀ ਪੰਜਾਬ ਚੈਨਲ ਦਾ ਨਾਮ ਹੈ ਅਗਰ ਤੁਸੀਂ ਸਿੰਪਲ ਟੈਲੀਗ੍ਰਾਮ ਤੇ ਸਰਚ ਕਰੋਗੇ ਤਾਂ ਤੁਹਾਨੂੰ ਉੱਥੇ ਮਿਲ ਜੂਗਾ ਆਦਰਵਾਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਨੀਚੇ ਵੀ ਇੱਕ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਦਾ ਉਹ ਤੇ ਅਗਰ ਕਲਿੱਕ ਕਰੋਗੇ ਸਿੱਧਾ ਹੀ ਡਾਇਰੈਕਟ ਟੈਲੀਗ੍ਰਾਮ ਦੇ ਵਿੱਚ ਓਪਨ ਹੋ ਜੂਗਾ ਤੁਸੀਂ ਸਿਰਫ ਤੇ ਸਿਰਫ ਜੁਆ ਉਸ ਤੋਂ ਸਿਵਾ ਸਵਾ ਉਸ ਤੋਂ ਸਿਵਾ ਬਾਕੀ ਮਤਲਬ ਅਗਰ ਦੇਖਿਆ ਜਾਵੇ 올ਓਵਰ ਜਿੰਨੀ ਵੀ ਨੋਟੀਫਿਕੇਸ਼ਨ ਹੈ ਪੰਜਾਬ ਰਿਲੇਟਡ ਚਾਹੇ ਕੋਈ ਐਗਜ਼ਾਮ ਰਿਲੇਟਡ ਹੈ ਐਗਜ਼ਾਮ ਦੇ ਰਿਜ਼ਲਟ ਦੇ ਰਿਲੇਟਡ ਹੈ ਠੀਕ ਹੈ ਉਹ ਸਾਰੇ ਇਨਫੋਰਮੇਸ਼ਨ ਤੁਹਾਨੂੰ ਉੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਓਕੇ ਜੀ ਚਲੋ ਫਿਰ ਦੈਟਸ ਆਲ ਫਾਰ ਟੂਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜੇ